ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਨਿੱਜਰ ਹੈ। ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਪੰਡੋਰੀ ਨਿੱਜਰਾਂ ਆਦਮਪੁਰ ਦੁਆਬਾ ਦੇ ਕੋਲ ਹੈਗੀ ਅਤੇ ਮੈਂ ਇੱਥੇ ਰੈਡਿੰਗ ਰਹਿੰਦਾ ਇੰਗਲੈਂਡ ਵਿੱਚ ਕਾਫੀ ਚਿਰ ਤੋਂ, ਅਤੇ ਇੱਥੇ ਮੈਂ ਰਿਟਾਇਰਡ ਲੈਕਚਰਰ ਇਨ ਮੈਟਲਰਜੀ ਸੀ। ਇਹ ਜਿਹੜਾ ਗਿਆਨ ਹੈਗਾ ਮੈਂ ਆਪਣੇ ਫਾਦਰ ਹੋਰਾਂ ਤੋਂ ਲਿਆ ਹੈਗਾ। ਉਹ ਵੀ BSc ਸੀਗੇ ਅਤੇ ਸਕੂਲਾਂ ਦੇ ਇੰਸਪੈਕਟਰ ਹੁੰਦੇ ਸੀ ਅਤੇ ਸਾਇੰਸ ਮਾਸਟਰ। ਉਹਨਾਂ ਨੇ ਬਹੁਤ ਚੀਜ਼ ਹਾਸਿਲ ਕੀਤੀਆਂ ਨੇ ਅਤੇ ਉਹ ਮੈਂ ਤੁਹਾਡੇ ਨਾਲ ਇੱਥੇ ਵੰਡ ਰਿਹਾ ਹੈਗਾ ਨਾਲ। ਅਤੇ ਚੌਥੀ ਜਿਹੜੀ ਬਿਰਤੀ ਹੈਗੀ ਉਹਨੂੰ ਕਹਿੰਦੇ ਚਿੱਤ ਬਿਰਤੀ। ਜਿਹੜੇ ਗੁਰਮੁਖ ਮਾਇਆ ਤੋਂ ਰਹਿਤ ਹੋ ਜਾਣ ਅਤੇ ਇੱਕ ਚਿੱਤ ਲਾ ਕੇ ਅਕਾਲ ਪੁਰਖ ਦੇ ਬਣ ਜਾਣ ਤਾਂ ਫਿਰ ਦੇ ਰਾਮ ਦੀ ਕਿਰਪਾ ਹੋਵੇ ਤਾਂ ਉਹ ਚੌਥੇ ਪਦ ਦੇ ਭਗਤ ਹੋ ਜਾਂਦੇ ਹਨ। ਜਿਹੜੇ ਹੈਗੇ ਨਾ, ਜਿਹੜਾ ਇੱਕ ਦਿਲ ਲਾ ਕੇ ਕਰਨ ਅਕਾਲ ਪੁਰਖ ਨਾਲ ਪਿਆਰ ਜਾਂ ਉਹਦੇ ਧਿਆਨ ਕਰਨ, ਜਿੱਦਾਂ ਈਵਨ ਸੌਲ ਨੇ ਵੀ ਕੀਤਾ ਸੀਗਾ। ਉਹ ਬਿਸ਼ਕਦੀ ਅੰਨਿਆ ਸੀਗਾ ਅਤੇ ਮਾਰਦਾ ਸੀ ਲੋਕਾਂ ਨੂੰ, ਪਰ ਉਹਦੇ 'ਤੇ ਵੀ ਦਿਆਲ ਹੋ ਗਿਆ ਸੀ ਅਤੇ ਉਹਨੂੰ ਵੀ ਆਪਣੀ ਚਿੱਤ ਬਿਰਤੀ 'ਚ ਲੈ ਆਉਂਦਾ ਸੀਗਾ। ਇਹਨਾਂ ਦਾ ਸੰਬੰਧ ਚੌਥੀ ਖਾਣੀ ਸਵੇਦ ਅੱਜ ਨਾਲ ਹੈ। ਸਵੇਦ ਅੱਜ ਜਿਹੜੀ ਖਾਣੀ ਹੈਗੀ, ਜਿਹੜੇ ਆਮ ਗ੍ਰੰਥੀ ਹੈਗੇ ਕਹਿੰਦੇ ਜੀ ਜੂਆਂ ਅਤੇ ਫਲਾਨਾ ਹੈਗਾ ਅਤੇ ਜਿਹੜੀ ਪੈਦਾ ਹੁੰਦੀਆਂ ਨੇ ਉਹ ਤਾਂ ਜੂਆਂ 'ਚ ਹੁੰਦੀਆਂ, ਆਂਡੇ ਤੋਂ ਪੈਦਾ ਹੁੰਦੀਆਂ ਨੇ। ਸਵੇਦ ਅੱਜ ਹੁੰਦਾ ਜਿਹੜਾ ਖੁਦ ਬਖੁਦ ਪੈਦਾ ਹੋਵੇ ਅਤੇ ਆਪੇ ਚਲਾ ਜਾਵੇ, ਜਿੱਦਾਂ ਭਗਤ ਵਗੈਰਾ ਕਿਸੇ ਦਾ ਕੰਮ ਕਰਦੇ ਨੇ, ਅੱਗੇ ਜਾ ਕੇ ਦੱਸਿਆ ਜਾਵੇਗਾ। ਅਤੇ ਇਹ ਵੀ ਆਪਣੇ ਸ਼ਰਧਾਲੂਆਂ ਦਾ ਖਿਆਲ ਇੰਝ ਹੀ ਕਰਦੇ ਹਨ ਜਿਵੇਂ ਅਕਾਲ ਪੁਰਖ ਆਪਣੇ ਭਗਤਾਂ ਦਾ ਕਰਦਾ ਹੈ। ਇਸ ਦੀ ਮਿਸਾਲ ਹੈ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਿੱਖ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਕੰਢੇ ਲਾਉਣਾ। ਇਹ ਅਕਾਲ ਪੁਰਖ ਦੇ ਡੰਡੋਰਚੀ ਸਪੋਕਸਮੈਨ ਹੁੰਦੇ ਹਨ ਅਤੇ ਇਹਨਾਂ ਬਾਰੇ ਤੁਕਾਂ ਹਨ, ਸਹਿਣ ਸਿਆਪਾ ਲੱਖ ਹੋ ਤਾਂ ਇੱਕ ਨਾ ਚੱਲੇ ਨਾਲ। ਯਾਨੀ ਕਿ ਜਿਹਦੇ ਸਪੋਕਸਮੈਨ ਹੁੰਦੇ ਨੇ ਅਕਾਲ ਪੁਰਖ ਦੇ, ਉਹ ਆਪਣੇ ਪੱਲਿਓਂ ਨਹੀਂ ਬੋਲਦੇ, ਉਹ ਜੋ ਧੁਰਕੀ ਬਾਣੀ ਆਉਂਦੀ ਹੈਗੀ ਉਹੀ ਅੱਗੇ ਤੁਹਾਨੂੰ ਦੱਸਦੇ ਨੇ, ਆਪਣੇ ਪੱਲਿਓਂ ਕੁਛ ਨਹੀਂ ਲਾਉਂਦੇ। ਅਤੇ ਜੋ ਕੁਛ ਵੀ ਉਹ ਬੋਲਦੇ ਨੇ ਉਹ ਸੱਤ ਹੀ ਸੱਤ ਹੁੰਦਾ ਹੈ। ਬਿਸ਼ਕ ਦੀ ਕੋਈ ਚੀਜ਼ ਮਰੀ ਹੋਵੇ ਉਹਨੂੰ ਕਹਿ ਤੂੰ ਜੀ ਪੈ, ਉਹ ਵੀ ਜੀ ਪੈਂਦੀ ਹੈਗੀ। ਜਿੱਦਾਂ ਭਗਤ ਨਾਮਦੇਵ ਨੇ ਮਰੀ ਗਾਂ ਨੂੰ ਜਵਾ ਕੇ ਤਾਂ ਉਹਦੇ ਦੁੱਧ ਚੋ ਕੇ ਦਿੱਤਾ ਸੀਗਾ। ਅਤੇ ਜਿਹੜਾ ਭਗਤ ਅਤੇ ਅਕਾਲ ਪੁਰਖ 'ਚ ਕੋਈ ਫਰਕ ਨਹੀਂ ਹੁੰਦਾ। ਇਹ ਸੱਤਵੀਂ ਕਿਸਮ ਦੇ ਲੋਕ ਸਤਿਪੁਰਖ ਨਾਲ ਇੱਕਮਿੱਕ ਹੋਏ ਹੁੰਦੇ ਹਨ। ਹਰ ਇੱਕ ਅੱਗੇ ਮੈਂ ਦੱਸਿਆ ਸੀ ਕਿ ਦੋ ਦੋ ਹੁੰਦੇ ਨੇ, ਜਿਹੜੇ ਹੋਮੇ ਬਿਰਤੀ ਦੇ ਦੋ ਹੈਗੇ ਨੇ, ਇੱਕ ਹੈਗੇ ਹੋਲੀ ਸਨ ਅਤੇ ਈਵਲ ਸਨ। ਅਤੇ ਇਸ ਤਰ੍ਹਾਂ ਹੀ ਮਨ ਬਿਰਤੀ ਦੇ ਵੀ ਦੋ ਹੈਗੇ ਨੇ, ਈਵਲ ਫਾਦਰ ਹੋਲੀ ਫਾਦਰ ਅਤੇ ਈਵਲ ਫਾਦਰ। ਅਤੇ ਇਸ ਤਰ੍ਹਾਂ ਹੀ ਹੈਗੇ ਨੇ ਚਿੱਤ ਬੁੱਧੀ ਬਿਰਤੀ ਦੇ ਜਿਹੜੇ ਸੀਗੇ ਕਿ ਹੋਲੀ ਗੋਸਟ ਅਤੇ ਈਵਲ ਗੋਸਟ, ਜਿਨ੍ਹਾਂ ਨੂੰ ਹਿਪੋਕ੍ਰੇਟ ਕਹੀਦਾ ਹੈਗਾ, ਮਕਾਰ। ਬਾਕੀ ਦੀ ਪੌੜੀ ਦੇ ਅਰਥ ਇੰਝ ਹਨ, ਬਾਕੀ ਦੇ ਜਿਹੜੇ ਨਾ ਪੌੜੀ ਜਿਹੜੀ ਹੈਗੀ ਪਹਿਲੀ ਪੌੜੀ ਸਟੈਂਜ਼ਾ ਜਪਜੀ ਸਾਹਿਬ ਦਾ, ਉਹਦੀ ਇਹ ਹੈਗੇ ਨੇ ਕਿਵ ਸਚਿਆਰਾ ਹੋਈਏ ਕਿ ਕੂੜੇ ਕੂੜੇ ਟੁੱਟੇ ਪਾਲ, ਆਦਮੀ ਸਿਆਰਾ ਕਿਵੇਂ ਹੋਵੇ ਕਿ ਉਹ ਚੌਥੇ ਪਦ ਦਾ ਹੋ ਜਾਵੇ ਅਤੇ ਅਕਾਲ ਪੁਰਖ ਨਾਲ ਇੱਕ ਮਿੱਕ ਹੋਵੇ। ਉਹ ਇੰਝ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਸ ਦੀ ਰਜ਼ਾ ਜਿਹੜੀ ਕਿ ਹਰ ਇੱਕ ਸੱਚੇ ਦੇ ਦਿਲ ਵਿੱਚੋਂ ਆਵਾਜ਼ ਮਾਰਦੀ ਹੈ, ਉਸ ਮੁਤਾਬਿਕ ਚੱਲਣਾ, ਨਾ ਕਿ ਕਿਸੇ ਗ੍ਰੰਥੀ ਮੁੱਲਾ ਪੋਪ ਕੁਸੰਤ ਆਦਿ ਦੇ ਕਹਿਣੇ ਲੱਗਣਾ। ਉਹਦੇ ਹੁਕਮ ਅਨੁਸਾਰ ਰਜ਼ਾ ਬਹਾਨੇ ਵਿੱਚ ਚੱਲਣ ਨੂੰ ਇਸਲਾਮ ਜਾਂ ਇਨਸ਼ਅੱਲਾ ਕਹੀਦਾ ਹੈ। ਆਹ ਜਿਹੜਾ ਇਸਲਾਮ ਹੈਗਾ ਹੁਣ ਤੁਸੀਂ ਦੇਖ ਰਹੇ ਹੋ ਦੁਨੀਆ 'ਚ, ਇਹ ਅੱਲਾ ਦਾ ਨਹੀਂ ਹੈਗਾ, ਇਹ ਮੁੱਲਾ ਦਾ ਹੈਗਾ। ਇਹਦੇ 'ਚ ਇੰਸ਼ ਮੁੱਲਾ ਚੱਲਦੀ ਹੈਗੀ ਜਾਂ ਇੰਸ਼ ਪੋਪ ਚੱਲਦਾ ਹੈਗਾ। ਅਲਜਮਾਰ ਅਲ ਅਕਸਾ ਜਿਹੜਾ ਕਿ ਸਾਰਿਆਂ ਨਾਲੋਂ ਵੱਡਾ ਸ਼ੈਤਾਨ ਹੈਗਾ ਦੁਨੀਆ 'ਚ, ਅਤੇ ਭੜਕਾਉਂਦਾ ਮਜ਼ਹਬੀ ਰੂਪ ਦੇ ਰੰਗ 'ਚ, ਦੇ ਇਸਲਾਮ ਵਿੱਚ ਇੰਸ਼ ਮੁੱਲਾ ਇੰਸ਼ ਪੋਪ ਇੰਸ਼ ਜਥੇਦਾਰ ਅਕਾਲ ਤਖ਼ਤ ਦੇ ਜਥੇਦਾਰ ਜਿਵੇਂ ਅਡਿਕਟ ਸਿੱਟਦੇ ਨੇ, ਇਹ ਵੀ ਸ਼ੈਤਾਨ ਹੈਗੇ ਨੇ, ਦੇ ਫਤਵੇ ਅਡਿਕਟ ਜਾਂ ਹੁਕਮਨਾਮੇ ਲਾਗੂ ਹੁੰਦੇ ਹਨ।
ਜਿਹੜੇ ਹੁਕਮਨਾਮੇ ਨੇ ਵਗੈਰਾ ਚਾਲੂ ਕਰਦੇ ਨੇ ਇਹ ਸ਼ੈਤਾਨ ਦੇ ਹੈਗੇ ਨੇ, ਅਕਾਲ ਪੁਰਖ ਦੇ ਨਹੀਂ ਹੈਗੇ। ਅਕਾਲ ਪੁਰਖ 'ਚ ਤੁਸੀਂ ਆਪਣੀ ਮਰਜ਼ੀ ਨਾਲ ਅਕਾਲ ਪੁਰਖ ਦੀ ਰਜ਼ਾ ਨੂੰ ਦੇ ਮੁਤਾਬਿਕ ਚੱਲਣਾ ਹੈਗਾ, ਕਿਸੇ ਦੇ ਧੱਕੇ 'ਤੇ ਨਹੀਂ ਜਾਂ ਕਿਸੇ ਦੇ ਕਹਿਣੇ 'ਤੇ ਨਹੀਂ। ਅਤੇ ਜੇ ਤੁਸੀਂ ਤੁਹਾਨੂੰ ਅਕਾਲ ਪੁਰਖ ਦੀ ਰਜ਼ਾ ਦਾ ਨਹੀਂ ਪਤਾ ਤਾਂ ਫਿਰ ਤੁਹਾਨੂੰ ਕਿਸੇ ਦੇ ਕਹਿ 'ਤੇ ਕੀਤਾ ਪਤਾ ਲੱਗ ਜਾਏਗਾ। ਜੇ ਉਹ ਦੂਸਰਾ ਕਹੇਗਾ, ਜੇ ਮਗਨ ਲੱਗੋਗੇ ਤਾਂ ਫਿਰ ਤੁਸੀਂ ਕਮਜ਼ਾਤ ਹੋਵੋਗੇ। ਜਿਹੜੇ ਸੁਹਾਗਣ ਹੁੰਦੇ ਲੋਕ ਉਹ ਅਕਾਲ ਪੁਰਖ ਦੇ ਭਾਣੇ ਚੱਲਦੇ, ਹੋਰ ਨਹੀਂ ਕਿਸੇ ਦੇ ਚੱਲਦੇ। ਉਹਨਾਂ ਦਾ ਵਿਆਹ ਅਕਾਲ ਪੁਰਖ ਨਾਲ ਹੁੰਦਾ ਹੈਗਾ, ਨਾ ਕਿ ਕਿਸੇ ਜਥੇਦਾਰ ਜਾਂ ਬਾਬਿਆਂ ਨਾਲ। ਯਹੂਦੀਆਂ ਦੇ ਸੱਤ ਬੱਤੀਆਂ ਵਾਲੇ ਮਨੋਏ ਨਾਲ ਇੰਝ ਇਹ ਸੱਤ ਕਿਸਮਾਂ ਦੇ ਆਦਮੀ ਸੰਬੰਧਿਤ ਹਨ। ਹੁਣ ਸੱਤ ਕਿਸਮ ਦੇ ਹੋ ਗਏ। ਸੱਤਵਾਂ ਹੈਗਾ ਇਹੋ ਜਿਹੜਾ ਚਿੱਤ ਬਿਰਤੀ ਦਾ ਆਦਮੀ, ਗਬਲੀ ਮੋਟੀ ਬੱਤੀ ਜਿਸ ਨਾਲ ਬਾਕੀ ਦੀਆਂ 6 ਬੱਤੀਆਂ ਜਗਾਈ ਦੀਆਂ ਹਨ, ਹੈ ਚਿੱਤ ਬਿਰਤੀ ਦੇ ਸੱਤਵੇਂ ਕਿਸਮ ਦੇ ਆਦਮੀ, ਜਿਵੇਂ ਕਿ ਕ੍ਰਾਈਸਟ ਜੀਜ਼ਸ, ਸਤਿਗੁਰੂ ਨਾਨਕ ਦੇਵ ਜੀ, ਸੇਂਟ ਭਗਤ ਆਦਿ, ਜਾਂ ਸੱਤ ਪੁਰਖ ਅੱਲਾ ਪਰਬ੍ਰਹਮ ਆਦਿ ਹਨ। ਕਲਯੁੱਗ ਵਿੱਚ ਇਹ ਮੋਟੀ ਬੱਤੀ ਬਾਕੀ ਦੀਆਂ 6 ਬੱਤੀਆਂ ਨਾਲੋਂ ਕ੍ਰਾਈਸਟ ਦੇ ਮਾਨ ਵਿੱਚ ਉੱਚੀ ਕਰ ਦਿੱਤੀ ਕਰਦੀ ਦੀ ਹੈ ਕਿ ਹੁਣ ਸਤਿਗੁਰੂ ਮੱਤ ਵੇਲਾ ਹੈ। ਕਲਯੁੱਗ ਵਿੱਚ ਸਤਿਗੁਰ ਮੱਤ ਵੇਲਾ ਕਰਕੇ ਇਹ ਗਬਲੀ ਬੱਤੀ ਹੈਗੀ, ਇਹਨੂੰ ਦੁਨੀਆਂ ਨਾਲੋਂ ਉੱਚਾ ਕਰ ਦਿੱਤਾ ਜਾਂਦਾ ਹੈਗਾ। ਬਾਕੀ ਦੀਆਂ 6 ਬੱਤੀਆਂ, ਗਬਲੀ ਬੱਤੀ ਦੇ ਨੇੜੇ 3 ਸੱਜੇ ਪਾਸੇ ਦੀਆਂ ਹੋਲੀ ਗੋਸ਼ਟ ਜਾਂ ਦਾਸ ਗੁਰਮੁਖ, ਹੋਲੀ ਫਾਦਰ ਜਾਂ ਸਨਮੁਖ, ਅਤੇ ਹੋਲੀ ਸੰਸ ਜਾਂ ਦੇਵਤੇ, ਅਤੇ ਇਹਨਾਂ ਦੇ ਉਲਟ ਖੱਬੇ ਪਾਸੇ ਹਨ ਈਵਲ ਸੰਸ ਜਾਂ ਅੱਤਵਾਦੀ। ਉਹ ਵੀ ਅਕਾਲ ਪੁਰਖ ਦੇ ਲਾਗੇ ਹੈਗੇ ਈਵਲ ਸੰਸ, ਕਿਉਂਕਿ ਉਹ ਅਣਜਾਣੇ 'ਚ ਕਰਦੇ ਨੇ ਗਲਤ ਗੱਲਾਂ, ਉਹ ਦੂਰ ਨਹੀਂ ਹੈਗੇ, ਲੇਕਿਨ ਜਿਹੜੇ ਜਾਣ ਬੁੱਝ ਕੇ ਕਰਦੇ ਉਹ ਦੂਰ ਹੈਗੇ ਨੇ। ਈਵਲ ਫਾਦਰ ਜਾਂ ਮਨਮੁੱਖ ਜਿਹੜੇ ਹੈਗੇ ਨੇ ਉਹ ਜਾਣ ਬੁੱਝ ਕੇ ਕਰਦੇ, ਉਹ ਗਬਲੀ ਬੱਤੀ ਹੈਗੀ ਉਹਨਾਂ ਦੇ ਦੂਰ ਹੈਗੇ। ਅਤੇ ਉਸ ਤੋਂ ਦੂਰ ਜਿਹੜੀ ਈਵਲ ਗੋਸ਼ ਜਿਹੜੇ ਨੇ ਮਕਾਰ ਜਾਂ ਹਜ਼ਰਤ ਕੁੜਿਆਰ, ਹਜ਼ਰਤ ਕੁੜਿਆਰ ਜਿਹੜੇ ਨੇ ਉਹ ਆਪਣੇ ਜ਼ੋਰ ਨਾਲ ਅਗਲੇ ਨੂੰ ਮਨਾਉਂਦੇ ਨੇ, ਇਸ ਕਰਕੇ ਉਹਨਾਂ ਨੂੰ ਹਜ਼ਰਤ ਕਹੀਦਾ ਹੈਗਾ। ਅਤੇ ਸੇਵਾਦਾਰ ਨੂੰ ਹਜ਼ਰਤ ਨਹੀਂ ਕਹੀਦਾ। ਸੇਵਾਦਾਰ ਜਿੱਦਾਂ ਸਤਿਗੁਰੂ ਨਾਨਕ ਦੇਵ ਜੀ, ਇਹਨਾਂ ਨੂੰ ਹਜ਼ਰਤ ਕਹਿਣਾ ਸ਼ੈਤਾਨ ਦੀ ਕਿੰਗਡਮ ਵਿੱਚ ਲੈ ਕੇ ਜਾਣਾ ਹੈਗਾ। ਇਸ ਤਰ੍ਹਾਂ ਜੀਜ਼ ਨੂੰ ਹਜ਼ਰਤ ਕਹਿਣਾ ਇਹ ਵੀ ਬੁਰਾ ਹੈਗਾ, ਗਲਤ ਹੈਗਾ ਕਿ ਇਸ ਨਾਲ ਹਜ਼ਰਤ ਕਹਿਣਾ ਉਹਨਾਂ ਨੂੰ ਤੁਸੀਂ ਲੈ ਜਾਂਦੇ ਆ ਵੀ ਜ਼ਬਰਦਸਤੀ, ਯਾਨੀ ਕਿ ਸ਼ੈਤਾਨ। ਹੁਣ ਇਹ 4 ਕਿਸਮਾਂ ਦੇ ਸ਼ੈਤਾਨ ਸਮਝਣ ਦੇ ਤੋਂ ਬਾਅਦ ਤੁਹਾਨੂੰ ਹੱਜ ਦੀ ਰਸਮ ਪੂਰੀ ਤਰ੍ਹਾਂ ਸਮਝ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਅਤੇ ਇਹ ਜਿਹੜੇ ਨੇ 4 ਬਿਰਤੀਆਂ ਜਦੋਂ ਸਮਝ ਆਉਣ, ਫਿਰ ਹੱਜ ਦੀ ਜਿਹੜੀ ਹੈਗੀ ਰਸਮ, ਇਹਨੂੰ ਸਮਝਣ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ। ਅਤੇ ਇਹ ਜਿਹੜਾ ਹੈਗਾ ਬੱਤੀਆਂ ਜਿਹੜੀਆਂ ਹੈਗੀਆਂ ਨੇ, ਇਹ ਹੈਗੀਆਂ ਨੇ ਮਨੋਰਾ, ਯਾਨੀ ਕਿ ਜਿਹੜੀ ਗਬੜੀ ਬੱਤੀ ਮੋਟੀ ਹੈਗੀ ਇਹ ਹੈਗੀ ਇਹ ਅਕਾਲ ਪੁਰਖ ਦੀ, ਅਤੇ ਜਿਹੜੀਆਂ ਹੈਗੀਆਂ ਉਹਦੇ ਉੱਤੇ ਸੱਜੇ ਪਾਸੇ ਹੈਗੀਆਂ ਉਸ ਬੱਤੀ ਦੇ ਉਹ ਹੈਗੀਆਂ ਹੋਲੀ, ਅਤੇ ਜਿਹੜੀਆਂ ਖੱਬੇ ਪਾਸੇ ਹੈਗੀਆਂ ਨੇ ਉਹ ਈਵਲ ਹੈਗੀਆਂ ਨੇ। ਅਤੇ ਬਾਕੀ ਜਿਹੜਾ ਹੈਗਾ ਹੁਣ ਇਹ ਪ੍ਰਚਾਰ ਹੈਗਾ, ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਕੁਛ ਪਤਾ ਲੱਗ ਜਾਏ, ਲੇਕਿਨ ਇਹਦਾ ਜਿਹੜੀ ਪੂਰੀ ਜਾਣਕਾਰੀ ਲਈ ਲੈਕਚਰ ਜ਼ਰੂਰ ਚਾਹੀਦੇ, ਕਿ ਇਹ ਬਲੈਕ ਬੋਰਡ 'ਤੇ ਜੇ ਸਮਝਾਇਆ ਜਾਏ ਤਾਂ ਪੂਰੀ ਤਰ੍ਹਾਂ ਸਮਝ ਵਿੱਚ ਆ ਜਾਂਦਾ। ਲੇਕਿਨ ਜਦ ਇਸ ਤਰ੍ਹਾਂ ਹੈ ਤਾਂ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਲਾਂ, ਲੇਕਿਨ ਜੇ ਕਿਸੇ ਦੇ 20-25% ਵੀ ਪੱਲੇ ਪੈ ਜਾਏ ਤਾਂ ਉਹ ਖੁਸ਼ ਕਿਸਮਤ ਸਮਝੇ। ਅਤੇ ਬਾਕੀ ਆਪਣੀ ਨੀਅਤ ਹੋਣੀ ਚਾਹੀਦੀ, ਜੇ ਤੁਹਾਡੇ 'ਚ ਦਿਲ 'ਚ ਖੁਆਇਸ਼ ਹੈਗੀ ਤਾਂ ਤੁਸੀਂ ਸਿੱਖੋਗੇ, ਜੇ ਨਹੀਂ ਖੁਆਇਸ਼ ਤਾਂ ਨਹੀਂ। ਇਹਦੀ ਜਿਹੜੀ ਫੋਟੋ ਹੈਗੀ ਮਨੋਰੇ ਦੀ, ਇਹ ਮੇਰੀ ਵੈਬਸਾਈਟ 'ਤੇ ਵੀ ਹੈ, ਉੱਥੇ ਵੀ ਤੁਸੀਂ ਦੇਖ ਸਕਦੇ ਹੈਗੇ ਆ। ਅਗਲੇ ਜਿਹੜਾ ਹੁਣ ਮੈਂ ਦੱਸਾਂਗਾ ਹੱਜ ਦਾ ਦੱਸਾਂਗਾ, ਅਤੇ ਹੱਜ ਜਿਹੜਾ ਹੈਗਾ ਇਹ ਮਹਾਂਦੇਵ ਦਾ ਪੁੱਤਰ ਬਣਨ ਲਈ ਹੈਗਾ, ਯਾਨੀ ਸ਼ਿਵ ਦੇ ਪੁੱਤਰ ਬਣਨ ਲਈ ਹੈਗਾ।
ਤੇ ਕਾਬਾ ਸ਼ਿਵ ਦਾ ਮੰਦਰ ਹੈ।